ਤਲਵੰਡੀ ਸਾਬੋ ਤੋਂ ਆਏ ਹਾਂ, ਸਾਨੂੰ ਪਤਾ ਲੱਗਿਆ ਵੀ ਇੱਧਰ ਲੋਕਾਂ 'ਤੇ ਇੰਨੀ ਆਫਤ ਆਈ ਹੋਈ ਹੈ, ਕੋਈ ਪ੍ਰਸ਼ਾਸਨ ਵੀ ਨਹੀਂ ਬਾਂਹ ਫੜਨ ਨੂੰ ਤਿਆਰ। ਅਸੀਂ ਜਿਵੇਂ ਹੋਇਆ ਪਿੰਡ 'ਚੋਂ ਲੰਗਰ ਇਕੱਠਾ ਕਰਕੇ ਦਾਲ ਰੋਟੀ ਸਹੀ ਜਿਹੜਾ ਸਾਨੂੰ ਸਰਿਆ ਅਸੀਂ ਲਿਆਏ ਹਾਂ। ਅਸੀਂ ਆਖਿਆ ਵੀ ਕੰਮ ਤਾਂ ਹੁੰਦੇ ਰਹਿਣਗੇ, ਵੀ ਸਾਡਾ ਮਨ ਹੀ ਕਰਿਆ ਵੀ ਅਸੀਂ ਆਪਾਂ ਸੇਵਾ ਕਰੀਏ ਜਾ ਕੇ। ਪਿੰਡ ਗਾਜਪੁਰ ਬੇਲਾ ਦੇ ਗੁਰੂ ਘਰ ਦੇ ਵਿੱਚ ਅਸੀਂ ਮੌਜੂਦ ਸੀਗੇ। ਗਰਾਊਂਡ ਰਿਪੋਰਟ ਅਸੀਂ ਦੇਖ ਰਹੇ ਸੀ ਕਿ SGPC ਜਾਂ ਹੋਰ ਸਿੱਖ ਸੰਸਥਾਵਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਰਾਹਤ ਪਹੁੰਚਾਈ ਜਾ ਰਹੀ ਹੈ। ਪੰਜਾਬ ਦੇ ਲੋਕ ਹੀ ਪੰਜਾਬ ਦੇ ਲੋਕਾਂ ਦੀ ਮਦਦ ਕਰ ਰਹੇ ਨੇ। ਕੋਈ ਬਾਹਰਲੇ ਸੂਬਿਆਂ ਤੋਂ ਦੇਖਣ 'ਚ ਮਿਲਦਾ ਕਿ ਪੰਜਾਬ ਦਾ ਜਿਹੜਾ ਵਾਸੀ ਹੈ ਹਮੇਸ਼ਾ ਪਹੁੰਚਦਾ, ਖਾਸ ਕਰਕੇ ਸਿੱਖ ਦੀ ਗੱਲ ਕਰ ਲਈਏ, ਜਿੱਥੇ ਵੀ ਦੁਨੀਆ ਦੇ ਵਿੱਚ ਆਫਤ ਆਵੇ ਹਮੇਸ਼ਾ ਸਿੱਖ ਦੂਰ ਦੂਰ ਤੱਕ ਪਹੁੰਚ ਜਾਂਦੇ ਨੇ, ਵਿਦੇਸ਼ੀ ਧਰਤੀ 'ਤੇ ਵੀ ਪਹੁੰਚ ਜਾਂਦੇ ਨੇ। ਪਰ ਅੱਜ ਪੰਜਾਬ ਮੁਸ਼ਕਿਲ ਦੇ ਵਿੱਚ ਹੈ, ਤਾਂ ਇੱਥੇ ਬਾਹਰੋਂ ਸਾਨੂੰ ਕੋਈ ਨਹੀਂ ਦਿਖਿਆ ਕਿ ਇੱਥੇ ਆ ਕੇ ਜੋ ਮਦਦ ਕਰ ਰਿਹਾ, ਸਿਰਫ ਪੰਜਾਬੀ ਹੀ ਪੰਜਾਬੀ ਦੀ ਮਦਦ ਕਰ ਰਿਹਾ, ਸਿਰਫ ਸਿੱਖ ਜਥੇਬੰਦੀਆਂ ਹੀ ਅੱਗੇ ਆਈਆਂ ਨੇ। ਹੁਣੇ ਹੁਣੇ ਇੱਕ ਟਰੱਕ ਅਸੀਂ ਦੇਖ ਰਹੇ ਹਾਂ ਆਇਆ ਹੈਗਾ, ਇਹ ਕਿੱਥੋਂ ਆਏ ਨੇ ਗੱਲਬਾਤ ਕਰਦੇ ਹਾਂ। ਬਾਪੂ ਜੀ ਕੀ ਨਾਮ ਹੈ ਅਤੇ ਕਿੱਥੋਂ ਆਏ ਹੋ? ਹਾਂਜੀ, ਅਸੀਂ ਤਲਵੰਡੀ ਸਾਬੋ ਤੋਂ ਆਏ ਹਾਂ, ਪਿੰਡ ਨਾਗਲਾ ਤੋਂ। ਜਦੋਂ ਸਾਨੂੰ ਪਤਾ ਲੱਗਿਆ ਵੀ ਇੱਧਰ ਲੋਕਾਂ 'ਤੇ ਇੰਨੀ ਆਫਤ ਆਈ ਹੋਈ ਹੈ, ਕੋਈ ਪ੍ਰਸ਼ਾਸਨ ਵੀ ਨਹੀਂ ਬਾਂਹ ਫੜਨ ਨੂੰ ਤਿਆਰ, ਕੋਈ ਹੋਰ ਵੀ ਨਹੀਂ ਬਾਹਰੋਂ ਮਦਦ ਕਰਿਆ। ਅਸੀਂ ਜਿਵੇਂ ਹੋਇਆ ਪਿੰਡ 'ਚੋਂ ਲੰਗਰ ਇਕੱਠਾ ਕਰਕੇ ਦਾਲ ਰੋਟੀ ਸਹੀ ਜਿਹੜਾ ਸਾਨੂੰ ਸਰਿਆ ਅਸੀਂ ਲਿਆਏ ਹਾਂ। ਜੀ, ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਸ ਪਿੰਡ ਦੇ ਵਿੱਚ ਤੁਸੀਂ ਕਿਵੇਂ ਆਏ ਹੋ? ਕਿਸੇ ਨੇ ਤੁਹਾਨੂੰ ਕੰਟੈਕਟ ਕੀਤਾ ਸੀ, ਸੰਪਰਕ ਕੀਤਾ? ਅਸੀਂ ਟੀਵੀਆਂ 'ਚ ਦੇਖਿਆ ਜੀ, ਜਦੋਂ ਟੀਵੀਆਂ 'ਚ ਅਸੀਂ ਖਬਰਾਂ ਸੁਣੀਆਂ ਵੀ ਰੋਪੜ ਦੇ ਏਰੀਏ 'ਚ ਬਹੁਤ ਜ਼ਿਆਦਾ ਨੁਕਸਾਨ ਹੈ, ਉੱਥੇ ਲੋਕਾਂ ਦੀਆਂ ਮੱਝਾਂ ਵੀ ਭੁੱਖੀਆਂ, ਲੋਕ ਵੀ ਕੋਠਿਆਂ 'ਤੇ ਜੜ ਕੇ ਬੈਠੇ ਆ ਵਿਚਾਰੇ, ਅਤੇ ਫਿਰ ਅਸੀਂ ਸਾਡਾ ਮਨ ਹੀ ਕਰਿਆ ਵੀ ਅਸੀਂ ਆਪਾਂ ਸੇਵਾ ਕਰੀਏ ਜਾ ਕੇ ਉੱਥੇ। ਸੋ ਇਹ ਕਿੰਨਵਾਂ ਪਿੰਡ ਹੈ ਜਾਂ ਫਿਰ ਪਹਿਲੇ ਪਿੰਡ 'ਚ ਹੀ ਪਹੁੰਚੇ ਹੋ ਹਾਲੇ ਤੁਸੀਂ? ਨਹੀਂ, ਹਜੇ ਪਹੁੰਚੇ ਹੀ ਹਾਂ ਜੀ, ਅਸੀਂ ਤੁਰੇ ਹਾਂ, ਸਾਨੂੰ ਇੰਨਾ ਟਾਈਮ ਲੱਗ ਗਿਆ ਸੀ, 9:30 ਵਜੇ ਤੁਰ ਪਏ ਸੀ, ਰਾਹ 'ਚ ਹੀ ਸਾਨੂੰ ਇੰਨਾ ਟਾਈਮ ਲੱਗ ਗਿਆ ਵੀ ਘੱਟੋ ਘੱਟ 5-6 ਘੰਟਿਆਂ ਦੀ ਵਾਟ ਹੋਊਗੀ, ਤੁਰ ਹੀ ਆਏ ਹਾਂ ਅਸੀਂ, ਕਿਤੇ ਨਹੀਂ ਖੜ੍ਹੇ। ਸੋ ਬਠਿੰਡਾ ਇਲਾਕੇ ਤੋਂ ਤੁਸੀਂ ਆਏ ਹੈਗੇ ਹੋ, ਬਠਿੰਡਾ ਵੱਲ ਹਾਲਾਤ ਪੂਰੇ ਸਹੀ ਨੇ? ਬਠਿੰਡਾ ਤਾਂ ਨਹੀਂ ਠੀਕ ਹੈ ਜੀ, ਸਾਨੂੰ ਕੋਈ ਉੱਥੇ ਕੋਈ ਨੁਕਸਾਨ ਨਹੀਂ, ਕੋਈ ਪਾਣੀ ਦਾ ਡਰ ਨਹੀਂ, ਕੁਛ ਨਹੀਂ, ਅਸੀਂ ਤਾਂ ਹੀ ਇੱਥੇ ਪਹੁੰਚੇ ਹਾਂ ਵੀ ਚਲੋ ਆਪਣਾ ਤਾਂ ਉਹਨਾਂ ਦੇ ਵਿਚਾਰਿਆਂ ਦੇ ਘਰ ਵੀ ਢਹਿ ਗਏ, ਫਸਲਾਂ ਵੀ ਮਰ ਗਈਆਂ। ਜੀ ਬਿਲਕੁਲ, ਇਹ ਦੇਖ ਇੱਥੇ ਇੱਕ ਮੀਡੀਆ ਦੀ ਵੀ ਇੱਕ ਸਹੀ ਜਿਹੜੀ ਜ਼ਿੰਮੇਵਾਰੀ ਆਪਾਂ ਸਮਝ ਸਕਦੇ ਹਾਂ ਕਿ ਮੀਡੀਆ ਦੇ ਵਿੱਚੋਂ ਦੇਖ ਕੇ, ਖਬਰਾਂ ਨੂੰ ਦੇਖ ਕੇ, ਪੰਜਾਬ ਦੇ ਤਲਵੰਡੀ ਸਾਬੋ ਤੋਂ, ਗੁਰੂ ਕੀ ਨਗਰੀ ਤਲਵੰਡੀ ਸਾਬੋ ਤੋਂ ਇਹ ਸਾਰੀ ਸੰਗਤ ਹੈ ਜਿਹੜੀ ਇੱਥੇ ਪਹੁੰਚੀ ਹੋਈ ਹੈ ਲੋਕਾਂ ਦੀ ਮਦਦ ਕਰਨ ਦੇ ਲਈ। ਪਰ ਪ੍ਰਸ਼ਾਸਨ ਹੈ ਜਿਹੜਾ ਉਹ ਸਾਨੂੰ ਹਾਲੇ ਤੱਕ ਕਿਤੇ ਨਹੀਂ ਦਿਖਾਈ ਦਿੱਤਾ। 2 ਵਜੇ ਦੇ ਕਰੀਬ ਅਸੀਂ ਇਸ ਇਲਾਕੇ ਦੇ ਵਿੱਚ ਆਏ ਸੀ, ਨਾ ਹੀ ਸਾਨੂੰ ਕਿਤੇ ਪ੍ਰਸ਼ਾਸਨ ਦਾ ਕੋਈ ਵਿਅਕਤੀ ਦਿਖਾਈ ਦਿੱਤਾ, ਇਹਨਾਂ ਲੋਕਾਂ ਦੀ ਹੈਲਪ ਕਰ ਰਹੇ, ਆਪ ਹੀ ਲੋਕ ਆਪਣਿਆਂ ਦੀ ਮਦਦ ਕਰ ਰਹੇ ਹੈਗੇ ਨੇ। ਸੋ ਕਿੰਨਾ ਕੁ ਤੁਸੀਂ ਰਾਸ਼ਨ ਲੈ ਕੇ ਆਏ ਹੋ, ਕਿੰਨੇ ਪਿੰਡਾਂ ਦੇ ਅਨੁਮਾਨ ਨਾਲ ਤੁਸੀਂ ਲੈ ਕੇ ਆਏ ਹੋ ਵੀ ਇੰਨੇ ਪਿੰਡਾਂ 'ਚ ਅਸੀਂ ਮਦਦ ਕਰ ਦਿਆਂਗੇ? ਅਸੀਂ ਤਾਂ ਜੀ ਹੁਣ ਤੁਹਾਨੂੰ ਵੀ ਬਤਾਏ ਦੋ ਇੱਥੇ ਵਿਚਰਦੇ ਹੋ, ਅਸੀਂ ਲਿਆਏ ਹਾਂ ਘੱਟੋ ਘੱਟ 1000 ਬੰਦੇ ਦਾ ਰਾਸ਼ਨ ਲਿਆਏ ਹਾਂ। ਠੀਕ ਹੈ, ਵੀ ਜਿਵੇਂ ਤੁਹਾਨੂੰ ਚੰਗਾ ਲੱਗਿਆ, ਜਿਵੇਂ ਤੁਹਾਨੂੰ ਪਤਾ ਵੀ ਇੱਥੇ ਭੁੱਖੇ ਆ, ਇੱਥੇ ਅਸੀਂ ਸ਼ਿਕਾਇਤ ਆ, ਉਸ ਹਿਸਾਬ ਨਾਲ ਅਸੀਂ ਲਿਆਏ ਹਾਂ ਵੀ ਅਸੀਂ ਤੁਹਾਨੂੰ ਹੀ ਇੱਥੇ ਸੌਂਪ ਕੇ ਜਾਵਾਂਗੇ, ਵੀ ਜਿਵੇਂ ਕੋਈ ਤੁਹਾਨੂੰ ਹਿਸਾਬ 'ਚ ਲੱਗਿਆ ਵੀ ਇੱਥੇ ਰਹਿੰਦੇ ਆ ਬੰਦੇ, ਇੱਥੇ ਛੱਕ ਲਿਆ, ਉਸ ਹਿਸਾਬ ਨਾਲ ਤੁਸੀਂ ਸਿਖਾ ਦਿਓ ਬਸ। ਜੇ ਸਾਡੇ ਬੰਦਿਆਂ ਦੀ ਲੋੜ ਹੈ, ਅਸੀਂ ਬੰਦੇ ਆਏ ਹਾਂ, ਅਸੀਂ ਨਾਲ ਲੱਗ ਕੇ ਵੀ। ਕਿੰਨੇ ਕੁ ਜਾਣੇ ਆਏ ਹੋ ਤੁਸੀਂ? ਅਸੀਂ 13 ਜਣੇ ਆ ਜੀ। ਸੋ ਤੁਸੀਂ ਉੱਥੇ ਆਪਣੇ ਕਾਰੋਬਾਰ ਵਗੈਰਾ ਸਾਰੇ ਛੱਡ ਕੇ ਆਏ ਹੋਵੋਗੇ? ਸਾਰੇ ਛੱਡ ਕੇ ਆਏ ਹਾਂ ਜੀ, ਕਿਸੇ ਨੂੰ ਕੋਈ ਕੰਮ ਸੀ, ਕਿਸੇ ਨੂੰ ਕੋਈ, ਅਸੀਂ ਆਖਿਆ ਵੀ ਕੰਮ ਤਾਂ ਹੁੰਦੇ ਰਹਿਣਗੇ,
ਵੀ ਵਿਚਾਰਿਆਂ ਨੂੰ ਉਹਨਾਂ ਦੀ ਆਪਾਂ ਜਾ ਕੇ ਮਦਦ ਕਰੀਏ, ਸਾਰੇ ਆਪੋ ਆਪਦੇ ਨਿੱਜੀ ਕੰਮ ਛੱਡ ਕੇ ਆਏ ਹਾਂ। ਜੀ ਜੀ, ਇਹ ਇੱਕ ਮਿਸਾਲ ਹੈਗੀ ਹੈ ਪੰਜਾਬੀਆਂ ਦੀ ਜਿਹੜੀ ਜ਼ਿੰਦਾ ਦਿਲੀ ਹੈ, ਜਾਂ ਫਿਰ ਪੰਜਾਬੀਆਂ ਦੀ ਖਾਸ ਕਰਕੇ ਸਿੱਖ ਭਾਈਚਾਰੇ ਦੀ ਜਿਹੜੀ ਮਦਦ ਕਰਨ ਦੀ ਇੱਕ ਅੰਦਰ ਇੱਛਾ ਹੈ, ਉਹ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਕਿਵੇਂ ਆਪੋ ਆਪਣੇ ਕੰਮ ਛੱਡ ਕੇ ਸਾਰੇ ਇੱਥੇ ਆਪਣਿਆਂ ਦੀ ਮਦਦ ਕਰਨ ਦੇ ਲਈ ਪਹੁੰਚੇ ਨੇ। ਇੱਕ ਸਰਬ ਸਾਂਝੀਵਾਲਤਾ ਜਾਂ ਇੱਕ ਭਾਈਚਾਰਕ ਸੰਦੇਸ਼ ਹੈ ਜਿਹੜਾ, ਉਹ ਵੀ ਸਾਨੂੰ ਇੱਥੇ ਮਿਲ ਰਿਹਾ ਹੈਗਾ। ਪਰ ਜਿਹੜਾ ਪ੍ਰਸ਼ਾਸਨ ਹੈ, ਪ੍ਰਸ਼ਾਸਨ ਦੀ ਤੁਸੀਂ ਟੀਵੀ 'ਤੇ ਕਵਰੇਜ ਦੇਖਦੇ ਹੋਵੋਗੇ ਪ੍ਰਸ਼ਾਸਨ ਬਾਰੇ ਜਾਂ ਸਰਕਾਰ ਦੀ ਕਾਰਗੁਜ਼ਾਰੀ ਬਾਰੇ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਰਾਤ ਹੀ ਟੀਵੀ ਦੇਖਿਆ ਮੈਂ, ਉੱਥੇ ਵੀ ਬੋਲ ਰਹੇ ਸੀਗੇ ਵੀ ਇੱਥੇ 72 ਘੰਟੇ ਹੋ ਗਏ ਜਾਂ 100 ਘੰਟਾ ਹੋ ਗਿਆ ਵੀ ਪ੍ਰਸ਼ਾਸਨ ਦਾ ਕੋਈ ਵੀ ਨਹੀਂ ਪਹੁੰਚਿਆ, ਵੀ ਕੋਈ ਅਸੀਂ ਪ੍ਰਸ਼ਾਸਨ ਇੱਥੇ ਮਦਦ ਕਰਦਾ ਨਹੀਂ ਦੇਖਿਆ, ਅਤੇ ਬਸ ਲੋਕ ਵੀ ਐਂ ਆਈ ਜਾਂਦੇ ਫਿਰ ਕੋਈ ਤਾਂ ਕਰੂਗਾ ਹੀ ਮਦਦ। ਜਦੋਂ ਅੱਜ ਤੁਹਾਡੇ 'ਤੇ ਬੋਝ ਪਿਆ, ਆਪਾਂ ਹੁਣ ਮੰਨ ਲਓ ਵੀ ਹਜ਼ੂਰ ਸਾਹਿਬ ਵਾਲਿਆਂ ਨੂੰ ਵੀ ਰਾਸਤ ਦਿੰਦੇ ਹਾਂ, ਬਾਹਰਲੇ ਵਿਦੇਸ਼ਾਂ 'ਚ ਵੀ ਆਪਾਂ ਮਦਦ ਕਰਦੇ ਹਾਂ, ਇਹੋ ਜਿਹੀ ਕੋਈ ਖਬਰ ਨਹੀਂ ਸੁਣੀ ਵੀ ਜਿਹੜਾ ਐਂ ਸੁਣਿਆ ਹੋਵੇ ਵੀ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੀ ਮਦਦ ਕਰੀ ਜਾਂ ਕੁਛ ਹੋਰ। ਬਿਲਕੁਲ, ਇਹ ਸ਼ਾਇਦ ਪੰਜਾਬੀਆਂ ਦੇ ਹਿੱਸੇ ਆਇਆ, ਇੱਕ ਮਾਣ ਵਾਲੀ ਗੱਲ ਹੋਣੀ ਚਾਹੀਦੀ ਹੈ ਕਿ ਪੰਜਾਬੀ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚ ਜਾਂਦਾ ਹੈ ਮਦਦ ਕਰਨ ਦੇ ਲਈ, ਪਰ ਪੰਜਾਬੀਆਂ ਦੀ ਮਦਦ ਕਰਨ ਲਈ ਕੋਈ ਨਹੀਂ ਪਹੁੰਚਿਆ, ਇਹ ਬਹੁਤ ਦੁਖਦਾਈ ਵੀ ਹੈ। ਸੋ ਇਸ ਪਿੰਡ ਦੇ ਵਿੱਚ ਪਹੁੰਚੇ ਹੈ, ਸੇਵਾ ਪਹੁੰਚੀ ਹੈਗੀ ਹੈ, ਸੰਗਤ ਪਹੁੰਚੀ, ਆਪਾਂ ਇਸ ਪਿੰਡ ਦੇ ਵਾਸੀਆਂ ਤੋਂ ਜਾਣ ਲੈਂਦੇ ਹਾਂ, ਜੇ ਕੋਈ ਇਸ ਪਿੰਡ ਦਾ ਹੋਵੇ ਜ਼ਰੂਰ ਦੱਸੇ ਕਿ ਤੁਸੀਂ ਇਹ ਸੰਗਤ ਦਾ ਧੰਨਵਾਦ ਕਰਦੇ ਹੋ, ਇਹਨਾਂ ਵਾਸਤੇ ਕੋਈ ਦੋ ਸ਼ਬਦ ਤੁਸੀਂ ਬੋਲਣਾ ਚਾਹੋਗੇ? ਨਤਲੋਚਨ ਸਿੰਘ, ਮੇਰਾ ਪਿੰਡ ਗਾਜੇਵਾਲਾ ਜੀ, ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਪ੍ਰਸ਼ਾਸਨ ਸਾਡੀ ਦੂਰ ਤੋਂ ਲੈ ਕੇ ਰਾਸ਼ਨ ਪਾਣੀ ਆਇਆ ਜੀ। ਕੀ ਲੋੜ ਹੈਗੀ ਇਸ ਵੇਲੇ ਤੁਹਾਨੂੰ ਇਸ ਮੁਸ਼ਕਿਲ ਘੜੀ ਦੇ ਵਿੱਚ? ਮੇਰੀ ਲੋੜ ਤਾਂ ਬਹੁਤ ਹੈ ਜੀ, ਬੰਦੇ ਕੋਲ ਨਹੀਂ ਰਾਸ਼ਨ ਪਾਣੀ, ਉਹਨੂੰ ਤਾਂ ਬਹੁਤ ਲੋੜ ਹੈ ਜੀ, ਜਾਣੀ ਕਿ ਸਭ ਕੋ ਹੜਪ ਖੇਤਾਂ ਸਭ ਕੋ ਫਸਲ ਤਬਾਹ ਹੋ ਗਈ ਜੀ। ਤੁਸੀਂ ਸੋ ਫਸਲਾਂ ਜਿਹੜੀਆਂ ਤਬਾਹ ਹੋਈਆਂ ਨੇ ਉਹਨਾਂ ਦੀ ਭਰਪਾਈ ਕਿਸ ਤਰੀਕੇ ਦੇ ਨਾਲ ਹੋਊਗੀ, ਇਸ ਬਾਰੇ ਹਾਲੇ ਕੁਛ ਨਹੀਂ ਕਿਹਾ ਜਾ ਸਕਦਾ, ਪਰ ਸਭ ਤੋਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਸਭ ਤੋਂ ਵੱਡੀ ਲੋੜ ਹੁੰਦੀ ਹੈ ਆਪਣੀ ਜ਼ਿੰਦਗੀ ਬਚਾਉਣ ਦੀ। ਇਨਸਾਨ ਨੂੰ ਹੁੰਦਾ ਕਿ ਮੇਰੀ ਜਾਨ ਹੈ ਜਿਹੜੀ ਉਹ ਬਚ ਜਾਵੇ, ਮੇਰਾ ਪੇਟ ਭਰ ਜਾਵੇ, ਬਾਕੀ ਸਭ ਕੁਛ ਇਹੋ ਜਿਹੀ ਬਰਬਾਦੀ ਦੇ ਵਿੱਚ ਤਬਾਹ ਹੋ ਜਾਂਦਾ, ਅਤੇ ਬਰਬਾਦੀ ਹੋਰ ਵੀ ਦੁਖਦਾਈ ਹੋ ਜਾਂਦੀ ਹੈ ਜਦੋਂ ਸਰਕਾਰਾਂ ਦੀਆਂ ਨਾਕਾਮੀਆਂ ਦੇ ਕਾਰਨ ਜ਼ਬਰਦਸਤੀ ਹੜ੍ਹ ਲਿਆਂਦੇ ਗਏ ਹੋਣ। ਹੋਰ ਵੀ ਕਿਸੇ ਮਦਦ ਦੀ ਸਾਡੀ ਲੋੜ ਪਈ ਤਾਂ ਅਸੀਂ ਫੋਨ ਨੰਬਰ ਦੇ ਕੇ ਜਾਵਾਂਗੇ, ਅਸੀਂ ਤਿਆਰ ਹਾਂ ਜਦੋਂ ਮਰਜ਼ੀ ਕਿਸੇ ਵੀ ਚੀਜ਼ ਦੀ ਲੋੜ ਹੋਈ। ਜੀ ਜੀ, ਇਹ ਹੈ ਜ਼ਿੰਦਾ ਦਿਲੀ, ਇਹ ਹੈ ਮਦਦ ਕਰਨ ਦੀ ਜਿਹੜੀ ਇੱਕ ਪੀਕ 'ਤੇ ਆਪਾਂ ਕਹਿ ਸਕਦੇ ਹਾਂ ਕਿ ਮਦਦ ਕਰਨ ਦੀ ਭਾਵਨਾ ਹੈ। ਵੀਡੀਓ ਜਰਨਲਿਸਟ ਦਿਲਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ, ਦ ਖਾਲਸ ਟੀਵੀ ਲਈ, ਪਿੰਡ ਗਾਜਪੁਰ ਬੇਲਾ ਤੋਂ ਖਾਸ ਰਿਪੋਰਟ।